पंजाब सरकार की ओर से वेतन में कटौती के मामले में बीते कई दिनों से संघर्षरत अध्यापकों की ओर से सांझा अध्यापक मोर्चा बैनर के तले काली दिवाली मनाई गई। अध्यापकों की ओर से लुधियाना में जगराओं पुल के निकट से घंटाघर चौक तक रोष मार्च निकालकर सरकार के खिलाफ अपना रोष जाहिर किया। सर असी लगातार 7 तरीक तो लगातार संघर्ष कर रहे हैं, पटियाले दे विच पक्का मोर्चा लग्या होया वा। ਸਾਡਾ ਰੋਸ ਇਹ ਆ ਕਿ ਸਾਡੀ ਤਨਖਾਹ ਜਿਹੜੀ ਆ 8,886 ਜਿਹੜੇ ਅਧਿਆਪਕ ਨੇ ਐਸ ਐਸ ਰਮਸਾ ਤੇ ਮਾਡਲ ਸਕੂਲ ਦੇ ਜਿਹੜੇ ਚ ਕਰਮਚਾਰੀ ਨੇ ਉਹਨਾਂ ਦੀ ਤਨਖਾਹ 42,800 ਤੋਂ ਘਟਾ ਕੇ 15,000 ਕਰ ਦਿੱਤੀਆਂ ਨੇ, ਜਿਸ ਦੇ ਰੋਸ ਵਜੋਂ ਅਸੀਂ ਅੱਜ ਕਾਲੀ ਦਿਵਾਲੀ ਮਨਾ ਰਹੇ ਹਾਂ ਤੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਜੇ ਸਰਕਾਰ ਸਾਡੀਆਂ ਤਨਖਾਹ ਘਟਾਉਣੀਆਂ ਚਾਹੁੰਦੀ ਆ ਪਰ ਅਸੀਂ ਆਪਣੇ ਹੱਕ ਮੰਗ ਕੇ ਰਹਾਂਗੇ, ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਕਰਾਂਗੇ ਜਿਹੜੇ ਨਵੰਬਰ 2017 ਤੋਂ ਰੈਗੂਲਰ ਬਣਦੇ ਸੀ। ਇਸ ਤੋਂ ਇਲਾਵਾ ਵੱਖ ਵੱਖ ਕੈਟਾਗਰੀਆਂ ਕੰਪਿਊਟਰ ਅਧਿਆਪਕ, ਸਿੱਖਿਆ ਪ੍ਰੋਵਾਈਡਰ, ਈਜੀਐਸ ਵਲੰਟੀਅਰ, ਸਪੈਸ਼ਲ ਅਧਿਆਪਕ, ਹੋਰ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣਾ ਸੀ ਪਰ ਸਰਕਾਰ ਸਾਰੀਆਂ ਗੱਲਾਂ ਤੋਂ ਮੁੱਕਰ ਗਈ। 5 ਤਰੀਕ ਨੂੰ ਸਾਡੀ ਮੀਟਿੰਗ ਦਿੱਤੀ ਸੀ ਸਾਨੂੰ ਪਰ ਉਹ ਮੀਟਿੰਗ ਤੋਂ ਵੀ ਮੁੱਕਰ ਚੁੱਕੇ ਆ। ਪੱਕਾ ਮੋਰਚਾ ਸਾਡਾ ਪਟਿਆਲੇ ਵਿੱਚ ਜਾਰੀ ਆ ਅਤੇ ਅੱਜ ਅਸੀਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕਾਲੀ ਦਿਵਾਲੀ ਮਨਾ ਕੇ ਪੰਜਾਬ ਦਾ ਪਿੱਟ ਸਿਆਪਾ ਕਰ ਰਹੇ ਹਾਂ ਅਤੇ ਅਸੀਂ ਇੱਥੋਂ ਐਲਾਨ ਕਰਨਾ ਚਾਹੁੰਦੇ ਹਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਪੰਜਾਬ ਸਰਕਾਰ ਦੇ ਅਸੀਂ ਨੱਕ 'ਚ ਦਮ ਕਰਕੇ ਰੱਖਾਂਗੇ। ਲੋਕਾਂ ਦੇ ਸਹਿਯੋਗ ਲੈ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਸੱਥਰ ਵਿਛਾਵਾਂਗੇ ਅਤੇ ਘੋਲ ਨੂੰ ਹੋਰ ਅੱਗੇ ਵਧਾਵਾਂਗੇ। ਜਾਗਰਤੀ ਲੈ ਕੇ ਲਈ ਲੁਧਿਆਣਾ ਸੇ ਸੁਰਿੰਦਰ ਰੋੜਾ, ਸੋਨੀ ਕੀ ਰਿਪੋਰਟ।